ਇਹ ਸਾਡਾ ਇਹ ਕੰਮ ਹੈ, ਅਸੀਂ ਦੁਨੀਆਦਾਰੀ ਵਿੱਚ ਫਸ ਗਏ ਹਾਂ, ਅਸੀਂ ਦੁਨੀਆਦਾਰੀ ਵਿੱਚ ਲੱਗ ਗਏ ਹਾਂ, ਸਾਨੂੰ ਕਿਸੇ ਇਬਾਦਤ ਦਾ ਇਲਮ ਨਹੀਂ, ਸਾਨੂੰ ਦੀਨ ਦਾ ਪਤਾ ਨਹੀਂ, ਸਾਨੂੰ ਮੌਤ ਦਾ ਪਤਾ ਨਹੀਂ, ਸਾਨੂੰ ਕਬਰ ਦਾ ਪਤਾ ਨਹੀਂ, ਕਿਸ ਵੇਲੇ ਮੌਤ ਆ ਜਾਏ, ਤੇਰਿਆਂ ਵੀਰਾਂ ਨੇ ਕੀ ਕਰ ਲੈਣਾ ਜੀ, ਤੇਰਿਆਂ ਪੈਸਿਆਂ ਨੇ ਕੀ ਕਰ ਲੈਣਾ ਜੀ, ਤੇਰੀਆਂ ਗੱਡੀਆਂ ਨੇ ਕੀ ਕਰ ਲੈਣਾ ਜੀ, ਤੇਰੀਆਂ ਪਲਾਟਾਂ ਨੇ ਕੀ ਕਰ ਲੈਣਾ ਜੀ, ਤੇਰੇ ਕਾਰੋਬਾਰ ਨੇ ਕੀ ਕਰ ਲੈਣਾ ਜੀ, ਸਾਰਿਆਂ ਹੱਥ ਬੰਨ ਕੇ ਖਲੋਤਿਆਂ ਰਹਿਣਾ ਜੀ, ਤੇਰੀ ਰੂਹ ਇਹਨਾਂ ਵਿੱਚ ਨਿਕਲ ਕੇ ਡੁਰ ਜਾਣੀ ਹੈ, ਗਾਫਲ ਨਾ ਬਣ, ਬੇਖਬਰ ਨਾ ਬਣ, ਮੌਤ ਨੇ ਆ ਜਾਣੀ, ਕਦੀ ਕਦੀ ਰੋ ਲਿਆ ਕਰ, ਅੱਲਾ ਦੇ ਸਾਹਮਣੇ ਤਰਫ ਲਿਆ ਕਰ, ਥਾਈਓ ਤੇ ਅੱਜ ਮੈਂ ਐਲਾਨ ਕਰਕੇ ਰਮਜ਼ਾਨ ਦੇ ਮਹੀਨੇ ਵਿੱਚ ਵਿਆਹ ਐਲਾਨ ਕਰਨਾ ਵਾ, ਤੂੰ ਗਾਫਿਲ ਮੌਤ ਬਲਾ ਬੈਠੇ ਦੁਨੀਆ ਦੇ ਨਾਲ ਤੁਲਾ ਬੈਠੇ, ਤੂੰ ਗਾਫਿਲ ਮੌਤ ਬਲਾ ਬੈਠੇ ਸਾਨੂੰ ਮੌਤ ਯਾਦ ਕੋਈ ਨਹੀਂ, ਮੈਂ ਵੀ ਤੁਹਾਡੇ ਵਿੱਚ ਸ਼ਾਮਲ ਹਾਂ, ਜੇ ਮੌਤ ਯਾਦ ਹੋਵੇ ਕਿਸੇ ਨਾਲ ਜ਼ਿਆਦੀ ਨਾ ਕਰੀਏ, ਜੇ ਮੌਤ ਯਾਦ ਹੋਵੇ ਕਿਸੇ ਦਾ ਪੈਸਾ ਨਾ ਖਾਈਏ, ਜੇ ਮੌਤ ਯਾਦ ਹੋਵੇ ਕਦੀ ਝੂਠ ਨਾ ਬੋਲੀਏ, ਜੇ ਮੌਤ ਯਾਦ ਹੋਵੇ ਕਦੀ ਦਿਲ ਨਾ ਦੁਖਾਈਏ, ਵੀ ਅਸੀਂ ਨਾਂ ਦੇ ਮੁਸਲਮਾਨ ਹਾਂ, ਸਾਡੀਆਂ ਨਮਾਜ਼ਾਂ ਨਾਂ ਦੀਆਂ, ਸਾਡੇ ਰੋਜ਼ੇ ਨਾਂ ਦੇ, ਸੁਣ ਮੈਂ ਅਜੀ ਐਲਾਨ ਕਰਕੇ ਆਉਣਾ ਪਿਆ ਵਾਂ, ਅਗਲੀ ਰਮਜ਼ਾਨ ਦਾ ਪਤਾ ਨਹੀਂ, ਅਗਲੇ ਜੁਮੇ ਦਾ ਪਤਾ ਨਹੀਂ, ਅੱਜ ਰੋ ਲੋ ਅੱਜ ਤਰਫ ਲੋ, ਹੇ ਮਾਲਕਾ ਤੇਰੇ ਗੁਨਾਹਗਾਰ ਆਏ ਹਾਂ, ਰੱਬਾ ਸੋਹਣਿਆ ਤੇਰੇ ਤੋਂ ਇਲਾਵਾ ਦਰ ਕੋਈ ਨਹੀਂ, ਹੇ ਅਸੀਂ ਮੰਨਨੇ ਹਾਂ ਅਸੀਂ ਗੁਨਾਹਗਾਰ ਹਾਂ, ਮਾਲਕਾ ਕੀ ਹੋਇਆ ਜੇ ਥੋੜੇ ਦਿਨ ਦੂਰ ਡਰ ਗਏ ਹਾਂ, ਹੇ ਰੱਬ ਤੇ ਤੂੰ ਹੀ ਹੈ, ਅੱਲਾ ਤੇ ਤੂੰ ਹੀ ਹੈ, ਹਾਲਕ ਤੇ ਤੂੰ ਹੀ ਹੈ, ਤਾਂ ਤੇ ਆਨਾ ਵਾ, ਤੂੰ ਗਾਫਿਲ ਮੌਤ ਬੁਲਾ ਬੈਠੇ ਦਿਲ ਦੁਨੀਆ ਨਾਲ ਲਗਾ ਬੈਠੇ, ਤੂੰ ਗਾ ਇਹਨੂੰ ਅੰਦਰੋਂ ਸੁਣੇਗਾ ਉਹਨੂੰ ਪਤਾ ਲੱਗੇਗਾ ਮੈਂ ਕੀ ਬਿਆਨਾ, ਤੂੰ ਗਾ ਫਿਲਮ ਬੁਲਾ ਬੈਠੇ ਦਿਨ ਦੁਨੀਆ ਨਾਲ ਤੁਲਾ ਬੈਠੇ, ਦਿਲ ਦੁਨੀਆ ਨਾਲ ਤੁਲਾ ਬੈਠੇ, ਦਿਲ ਦੁਨੀਆ ਨਾਲ ਤੁਲਾ ਬੈਠੇ, ਇਸ ਦੁਨੀਆ ਨਾ ਤੇਰੇ ਕਮੇ ਆਉਣਾ, ਇਸ ਦੁਨੀਆ ਨਾ ਤੇਰੇ ਕਮੇ ਆਉਣਾ, ਇਸ ਦੁਨੀਆ ਦਿਲੋਂ ਵਫਾ ਸਜਣਾ, ਤੇਰਾ ਦੋ ਜਾਂ ਸਾ ਮਤ ਨਾ ਆਵੇ, ਤੇਰਾ ਦੋ ਜਾਂ ਸਾ ਮਤ ਨਾ ਆਵੇ, ਹਰ ਕਦਮ ਸੰਭਲ ਕੇ ਜਾ ਸਜਣਾ, ਈਮਾਨ ਬੇਗਾਨੀ ਦੁਨੀਆ ਤੇ, ਹਾਏ 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 ਬਾਬਾ ਜੀ, ਈਮਾਨ ਬੇਗਾਨੀ ਦੁਨੀਆ ਤੇ, ਬੜੇ ਬੜੇ ਸਿਕੰਦਰ ਡੁਰ ਗਏ, ਬੜੇ ਬੜੇ ਨਬੀ ਡੁਰ ਗਏ, ਜਿਨ੍ਹਾਂ ਬਗੈਰ ਸਹਾਬਾ ਦੀਆਂ ਰਾਤਾਂ ਨਹੀਂ ਸਨ ਗੁਜ਼ਰੀਆਂ, ਫਿਰ ਮੇਰਾ ਨਬੀ ਵੀ ਕਰੋਜ਼ਾ ਮੁਬਾਰਕ 'ਚ ਚਲਾ ਗਿਆ, ਮੂਸਾ ਕਲੀ ਮੁੱਲਾ ਵਰਗੇ, ਬਾਬਾ ਜੀ ਜੁਮਲੇ ਸਮਝਾ ਯਾਰ, ਅੱਲਾ ਦੇ ਨਬੀ ਦੀ ਬੀਵੀ ਇਹ ਔਲਾਦ ਕੋਈ ਨਹੀਂ, ਮੂਸਾ ਕਲੀ ਮੁੱਲਾ ਲੈ ਤਾਲਾ ਲਾ ਕੇ ਜਾਂਦੇ ਨੇ, ਇੱਕ ਦਿਨ ਤਾਲਾ ਖੋਲਿਆ ਤੇ ਵੇਖਿਆ ਬੀਬੀ ਵੀ ਮੌਜੂਦ, ਇੱਕ ਖੂਬਸੂਰਤ ਨੌਜਵਾਨ ਸੋਹਣੀ ਸ਼ਕਲ ਵਾਲਾ ਘਰ ਦੇ ਅੰਦਰ ਮੌਜੂਦ, ਅੱਲਾ ਦੇ ਨਬੀ ਨੂੰ ਗੁੱਸਾ ਆਇਆ, ਫਰਮਾਇਆ ਤੂੰ ਕੌਣ ਹੈ, ਮੇਰੀ ਬੀਵੀ ਦੇ ਕੋਲ ਖੜਾ ਵੇ, ਮੈਂ ਬਾਹਰੋਂ ਤਾਲਾ ਲਾ ਕੇ ਗਿਆ ਵਾਂ, ਕਿਹੜੇ ਰਸਤੇ ਅੰਦਰ ਆ ਗਿਆ, ਆਓ ਮੈਂ ਮੂਸਾ ਅਲੈ ਸਲਾਮ ਦੀ ਮੌਤ ਦਾ ਜ਼ਿਕਰ ਪਹਿਲੀ ਵਾਰੀ ਸੁਣਾਵਾਂ, ਜੁਮਲੇ ਸੁਣਿਆ ਰਹੇ, ਇਹ ਕੌਣ ਹੈ, ਬਾਬਾ ਜੀ ਨੌਜਵਾਨ ਨੂਰਾਨੀ ਸ਼ਕਲ ਵਾਲਾ ਕਹਿਣ ਲੱਗਾ, ਮੂਸਾ ਕਲੀਮ ਉੱਲਾ ਲੈ, ਮੈਂ ਕੋਈ ਇਨਸਾਨ ਨਹੀਂ, ਮੈਂ ਬੰਦਾ ਨਹੀਂ, ਮੈਂ ਅੱਲਾ ਦਾ ਫਰਿਸ਼ਤਾ ਵਾਂ, ਮੇਰਾ ਨਾਮ ਮਲਕੁਲ ਮੌਤ ਹੈ, ਹੈ ਮੇਰਾ ਨਾਮ ਮਲਕੁਲ ਮੌਤ ਹੈ, ਹੈ ਮੈਂ ਤੇ ਤੂੰ ਕਿਸ ਖੇਤ ਦੀ ਮੋਲੀ ਆ, ਹੈ ਸਾਡੀਆਂ ਜੁਰਤਾਂ ਕੀ ਨੇ, ਹੈ ਸਾਡੀਆਂ ਸ਼ਾਨਾਂ ਕੀ ਨੇ, ਹੈ ਅੱਲਾ ਦਾ ਨਬੀ ਮੂਸਾ ਕਲੀਮ ਉੱਲਾ ਲੈ, ਆ ਫਰਮਾਨ ਲੱਗੇ ਮੌਤ ਦੇ ਫਰਿਸ਼ਤਾ ਕਿਵੇਂ ਆਇਆ, ਆਖ ਲੱਗੇ ਮੂਸਾ ਮੈਂ ਤੇਰੀ ਰੂਹ ਕਬਜ਼ ਕਰਨ ਆਇਆ, ਮੈਂ ਤੇਰੀ ਜਾਨ ਲੈਣ ਆਇਆ, ਅੱਲਾ ਦਾ ਨਬੀ ਜਲਾਲੀ ਨਬੀ ਗੁੱਸੇ ਵਾਲਾ ਨਬੀ, ਅੱਲਾ ਦੇ ਨਬੀ ਨੇ ਥੱਪੜ ਮਾਰਿਆ, ਅੱਖ ਜ਼ਾਇਆ ਹੋ ਗਏ, ਮਲਕੁਲ ਮੌਤ ਆਖਣ ਲੱਗਾ, ਰੱਬਾ ਸੋਹਣਿਆ ਕਿਸ ਬੰਦੇ ਕੋਲ ਬੇਲੀ ਆਈ, ਇਹਨੂੰ ਗੁੱਸਾ ਆ ਗਿਆ, ਅੱਲਾ ਨੇ ਫਰਮਾਇਆ ਮਲਕੁਲ ਮੌਤ ਜਾ ਮੇਰੇ ਨਬੀ ਕੋਲ ਚਲਾ ਜਾ, ਮੇਰੇ ਮੂਸਾ ਨੂੰ ਕਹਿ ਦੇ ਮੂਸਾ ਇਹ ਤੇਰੇ ਕੋਲ ਬਛੜਾ ਏ, ਇਹ
ਇਹਦੀ ਕੰਡ ਤੇ ਹੱਥ ਰੱਖ, ਤਵੱਜੋ ਕਰਿਆ ਜੇ, ਇਹਦੀ ਕੰਡ ਤੇ ਹੱਥ ਰੱਖ, ਤੇਰੇ ਹੱਥ ਥੱਲੇ ਜਿੰਨੇ ਵਾਲ ਆਉਣਗੇ ਅਸੀਂ ਉਹਨੇ ਸਾਲ ਤੇਰੀ ਜ਼ਿੰਦਗੀ ਤੇ ਵਧਾ ਦਿਆਂਗੇ। ਅੱਲਾ ਦੇ ਨਬੀ ਵੱਲ ਮਲਕੁਲ ਮੌਤ ਆਏ ਨੇ, ਅੱਲਾ ਦਾ ਪੈਗਾਮ ਦਿੱਤਾ ਹੈ। ਮੂਸਾ ਅਲੈਹ ਸਲਾਮ ਆਖਣ ਲੱਗੇ, ਮਲਕੁਲ ਮੌਤ ਇਜ਼ਰਾਈਲ, ਇਹਨੇ ਸਾਲ ਜ਼ਿੰਦਾ ਰਹਿ ਗਿਆ, ਫਿਰ ਕੀ ਬਣੇਗਾ? ਫਰਮਾਇਆ ਫਿਰ ਵੀ ਮੌਤ ਆਉਣੀ ਹੈ, ਫਿਰ ਵੀ ਮੌਤ ਦਾ ਫਰਿਸ਼ਤਾ ਆਏਗਾ, ਫਿਰ ਵੀ ਮੈਂ ਤੁਹਾਡੇ ਵੇੜੇ ਆਵਾਂ। ਅੱਲਾ ਦੇ ਨਬੀ ਨੇ ਫਰਮਾਇਆ, ਇਜ਼ਰਾਈਲ ਮੇਰੀਆਂ ਤਿੰਨ ਖਾਹਿਸ਼ਾਂ ਨੇ, ਤਿੰਨ ਗੱਲਾਂ ਨੇ, ਅਗਰ ਪੂਰੀਆਂ ਕਰ ਦੇਵੇ ਤੇ ਮੌਤ ਮੇਰੇ ਕੋਲ ਲੈ ਰਹੀ। ਇਜ਼ਰਾਈਲ ਅਲੈਹ ਸਲਾਮ ਨੇ ਅਰਜ਼ ਕੀਤੀ, ਮੂਸਾ ਜੀ ਕਿਹੜੀਆਂ ਤਿੰਨ ਗੱਲਾਂ? ਆਓ ਅਜ਼ੀਜ਼ਾਂ ਨੇ ਮਨ ਮੌਤ ਦਾ ਜ਼ਿਕਰ ਸੁਣਨ ਵਾਲਿਓ, ਅਜੇ ਅੱਲਾ ਦੇ ਰਸੂਲ ਦੀ ਗੱਲ ਸੁਣਨ ਵਾਲਿਓ, ਇਹ ਰਮਜ਼ਾਨ ਦਾ ਬਬਰਕਤ ਮਹੀਨਾ ਨੇ, ਮਤੇ ਕਿਸੇ ਦੇ ਅਥਰੂ ਕਮੇ ਆ ਰਹਾ, ਮਤੇ ਕਿਸੇ ਦਾ ਰੋਣਾ ਕਮ ਆ ਰਹਾ। ਜਨਾਬੇ ਮੂਸਾ ਨੇ ਫਰਮਾਇਆ, ਇਜ਼ਰਾਈਲਾ ਪਹਿਲੀ ਮੇਰੀ ਤਮੰਨਾ ਹੈ ਫਲਾਂ ਮੁਲਕ ਦੀ ਸਰਜ਼ਮੀਨ ਹੋਵੇ, ਉੱਥੇ ਮੈਨੂੰ ਮੌਤ ਆਵੇ। ਦੂਸਰੀ ਮੇਰੀ ਤਮੰਨਾ ਹੈ ਭਾਈ ਆਪਣੀ ਕਬਰ ਮੈਂ ਆਪਣਿਆਂ ਹੱਥਾਂ ਨਾਲ ਬਣਾ ਛੱਡਾਂ। ਆਹ ਗੱਲ ਸੁਣਿਓ, ਪਹਿਲੀ ਵਾਰੀ ਜੁਮਲੇ ਸੁਣਿਆ ਜੇ, ਅੱਲਾ ਦੇ ਨਬੀ ਮੂਸਾ ਅਲੈਹ ਸਲਾਮ ਇਜ਼ਰਾਈਲ ਮੁਖਾਤਬ ਹੋ ਕੇ ਕਹਿ ਰਹੇ ਨੇ, ਪਹਿਲੀ ਖਾਸ਼ ਹੈ ਵੇ ਫਲਾਂ ਮੁਲਕ ਦੀ ਸਰਜ਼ਮੀਨ ਤੇ ਮੈਨੂੰ ਮੌਤ ਆਵੇ, ਦੂਸਰੀ ਮੇਰੀ ਖਾਸ਼ ਮੈਂ ਕਬਰ ਆਪਣੇ ਹੱਥਾਂ ਨਾਲ ਬਣਾ ਲਵਾਂ, ਮੈਂ ਕਬਰ ਆਪਣੇ ਹੱਥਾਂ ਨਾਲ ਸਜਾ ਲਵਾਂ, ਤੀਸਰੀ ਮੇਰੀ ਖਾਸ਼ ਹੈ ਜਦੋਂ ਮੌਤ ਆਵੇ ਮੇਰੇ ਸਾਹਮਣੇ ਬੈਤੁਲ ਮੁਕੱਦਸ ਹੋਵੇ, ਮੇਰੇ ਸਾਹਮਣੇ ਕਿਬਲਾ ਅਵਲ ਬੈਤੁਲ ਮੁਕੱਦਸ ਹੋਵੇ। ਅੱਲਾ ਨਾਲ ਗੱਲ ਕੀਤੀ, ਅੱਲਾ ਨੇ ਫਰਮਾਇਆ, ਨੀ ਜ਼ਮੀਨੇ ਜੀ ਮੌਲਾ, ਫਰਮਾਇਆ ਨੀ ਸੁਗੜ ਜਾ, ਜਿਵੇਂ ਮੂਸਾ ਆਉਂਦੇ ਨੇ ਅਸੀਂ ਉਂਝ ਗੱਲ ਛੱਡਣੇ ਆ ਜੀ। ਬਾਬਾ ਜੀ ਜ਼ਰਾ ਤਵੱਜੋ ਫਰਮਾਇਆ, ਜ਼ਮੀਨ ਸੁੰਗੜ ਗਈ ਹੈ, ਮੁਲਕ ਦੀ ਜ਼ਮੀਨ ਆ ਗਈ। ਅੱਲਾ ਦੇ ਨਬੀ ਨੇ ਕਦਮ ਪੁੱਟਿਆ ਤੇ ਵੇਖਿਆ, ਨੌਜਵਾਨ ਇੱਕ ਕਬਰ ਪੇ ਬਣਾਉਂਦੇ ਨੇ, ਇੱਕ ਕਬਰ ਪੇ ਤਿਆਰ ਕਰਦੇ ਨੇ। ਅੱਲਾ ਦੇ ਨਬੀ ਨੇ ਕਬਰ ਵਾਲਿਆਂ ਨੂੰ ਪੁੱਛਿਆ, ਬਣਾਉਣ ਵਾਲਿਆਂ ਨੂੰ, ਇੱਕ ਦੀ ਕਬਰ? ਬਣਾਉਣ ਵਾਲੇ ਕਹਿਣ ਲੱਗੇ, ਇਹ ਅੱਲਾ ਦੇ ਇੱਕ ਨੇਕ ਬੰਦੇ ਦੀ ਏ, ਅੱਲਾ ਦੇ ਇੱਕ ਦਰਵੇਸ਼ ਬੰਦੇ ਦੀ ਏ। ਅੱਲਾ ਦੇ ਨਬੀ ਕਬਰ ਵਿੱਚ ਉਤਰ ਗਏ ਨੇ, ਆਪਣੇ ਹੱਥਾਂ ਨਾਲ ਕਬਰ ਬਣਾਈ ਏ, ਉਸ ਕਬਰ ਵਿੱਚ ਲੇਟ ਗਏ ਨੇ, ਉਸ ਕਬਰ ਵਿੱਚ ਬਹਿ ਗਏ ਨੇ। ਬਾਬਾ ਜੀ ਅੱਲਾ ਦੀ ਤਰਫੋਂ ਆਰਡਰ ਆਇਆ ਹੈ, ਫਰਮਾਇਆ ਮੂਸਾ ਤੇਰੀਆਂ ਦੋ ਗੱਲਾਂ ਅਸਾਂ ਪੂਰੀਆਂ ਕਰ ਛੱਡੀਆਂ ਨੇ, ਭਾਈ ਜ਼ਮੀਨ ਵੀ ਹੋਵੇ, ਕਬਰ ਵੀ ਆਪਣਿਆਂ ਹੱਥਾਂ ਨਾਲ ਬਣਾ ਲਈ ਆ, ਕਬਰ ਵੀ ਆਪਣਿਆਂ ਹੱਥਾਂ ਨਾਲ ਸੰਵਾਰ ਗਿਆ ਹੈ। ਹੁਣ ਤੀਸਰੀ ਖਾਸ਼ ਪੂਰੀ ਆਉਣ ਲਗੀ, ਅੱਲਾ ਨੇ ਜਬਰੀਲ ਨੇ ਅਮੀਨ ਨੂੰ ਬੁਲਾਇਆ, ਫਰਮਾਇਆ ਜਬਰੀਲ ਆ ਜਾ, ਜੀ ਰੱਬੇ ਜਲੀਲ ਆ ਡਰੋਏ, ਫਰਮਾਇਆ ਆਪਣੇ ਹੱਥ ਤੇ ਬੈਤੁਲ ਮੁਕੱਦਸ ਲੈ ਕੇ ਮੂਸਾ ਦੇ ਸਾਹਮਣੇ ਕਰ ਦੇ। ਬਾਬਾ ਜੀ ਬੈਤੁਲ ਮੁਕੱਦਸ ਅੱਲਾ ਦੇ ਨਬੀ ਦੇ ਸਾਹਮਣੇ ਆਇਆ, ਅੱਲਾ ਨੇ ਫਰਮਾਇਆ ਮੂਸਾ ਰਾਜ਼ੀ ਏ ਜੀ ਮੌਲਾ ਰਾਜ਼ੀ ਆ, ਅੱਲਾ ਨੇ ਫਰਮਾਇਆ ਮਲਾ ਮੌਲ ਮੌਤ ਰੂਹ ਕੱਢਣ ਦੀ ਤਿਆਰੀ ਕਰੋ, ਇਹ ਮੂਸਾ ਕਲੀਮ ਉੱਲਾ ਲੈ ਕੇ ਰੂਹ ਨਿਕਲ ਰਹੀ ਏ, ਚਿਹਰੇ ਤੇ ਮੁਸਕਰਾਹਟ ਏ, ਇਹ ਅੱਲਾ ਦੇ ਨਬੀਆਂ ਦੀ ਰੂਹ ਨਿਕਲਦੀ ਪਈ ਏ, ਓਏ ਅਸੀਂ ਤੇ ਗੁਨਾਹਗਾਰ ਤੇ ਸਿਆਗਾਰ, ਨਬੀ ਨਹੀਂ ਬਚ ਸਕੇ, ਅੱਲਾ ਦੇ ਪਾਕ ਪੈਗੰਬਰ ਨਹੀਂ ਬਚ ਸਕੇ, ਤਾਂਹੀਓ ਤੇ ਮੈਂ ਰੋ ਗਿਆ ਨਾ, ਤੂੰ ਗਾਫਿਲ ਮੌਤ ਬੁਲਾ ਬੈਠੇ, ਦਿਲ ਦੁਨੀਆ ਨਾਲ ਲਗਾ ਬੈਠੇ, ਤੂੰ ਗਾਫਿਲ ਮੌਤ ਬੁਲਾ ਬੈਠੇ, ਉਹ ਪੜ੍ਹ ਲਓ ਮਤੇ ਕਿਸੇ ਦੇ ਕਬੂਲੀਅਤ ਹੋਈਏ, ਤੂੰ ਗਾਫਿਲ ਮੌਤ ਬੁਲਾ ਬੈਠੇ, ਦਿਲ ਦੁਨੀਆ ਨਾਲ ਲਗਾ ਬੈਠੇ, ਤੂੰ ਗਾਫਿਲ ਮੌਤ ਬੁਲਾ ਬੈਠੇ, ਦਿਲ ਦੁਨੀਆ ਨਾਲ ਲਗਾ ਬੈਠੇ, ਇਸ ਦੁਨੀਆ ਤੇਰੇ ਕੰਮੇ ਨਹੀਂ ਆਉਣਾ, ਇਸ ਦੁਨੀਆ ਤੇਰੇ ਕੰਮੇ ਨਹੀਂ ਆਉਣਾ, ਕੀ ਦੁਨੀਆ ਕਦੋਂ ਵਫਾ ਸਜਣਾ, ਕੀ ਮਾਣ ਬੇਗਾਨੀ ਦੁਨੀਆ ਦਾ, ਨਾ ਲੱਖੋ ਹਾਂ ਅੱਲਾ ਤਾਲਾ ਰਾਜ਼ੀ ਹੋ ਜਾਏ ਸਾਡੇ ਤੇ, ਕੀ ਮਾਨ ਬੇਗਾਨੀ ਦੁਨੀਆ ਦਾ, ਹਰ ਕਦਮ ਸੰਭਲ ਕੇ ਜਾ ਸਜਣਾ, ਹਰ ਕਦਮ ਸੰਭਲ ਕੇ ਜਾ ਸਜਣਾ, ਕੀ ਮਾਨ ਬੇਗਾਨੀ ਦੁਨੀਆ ਦਾ, ਹਰ ਕਦਮ ਸੰਭਲ, ਔਰ ਰੋਜ਼ੇ ਦੀ ਹਾਲਤ ਜੀ ਯਾਰ ਸਾਰੇ ਮਿਲ ਕੇ ਆਖੋ, ਕੀ ਮਾਨ ਬੇਗਾਨੀ ਦੁਨੀਆ ਦਾ, ਹਰ ਕਦਮ
ਸੰਭਲ ਕੇ ਚਾ ਸਜਣਾ ਤੇਰਾ ਦੂਜਾ ਸਾ ਮਤ ਨਾ ਆਵੇ ਤੇਰਾ ਦੂਜਾ ਸਾ ਮਤ ਨਾ ਆਵੇ ਹਰ ਕਦਮ ਸੰਭਲ ਕੇ ਚਾ ਸਜਣਾ ਗੱਲ ਸੁਣਿਓ ਰੋ ਕੇ ਤੜਪ ਕੇ ਨਾ ਅੱਲਾ ਦੇ ਸਾਹਮਣੇ ਮਾਫ਼ੀ ਮੰਗੋ ਯਾ ਅੱਲਾ ਸਾਨੂੰ ਮਾਫ਼ ਕਰ ਕੀ ਕਰ ਸਾਰੇ ਬੋਲੋ ਯਾ ਅੱਲਾ ਸਾਨੂੰ ਰੋਜ਼ੇ ਦੀ ਹਾਲਤ ਜੇ ਬਾਹਰ ਵਾਲੇ ਉੱਤੇ ਵਾਲੇ ਸਾਰੇ ਦੁਆ ਮੰਗੋ ਯਾ ਅੱਲਾ ਸਾਨੂੰ ਮਾਫ਼ ਕਰ ਬਾਬਾ ਗੱਲ ਸਮਝਿਓ ਬੁਖਾਰੀ ਸ਼ਰੀਫ ਦੀ ਹਦੀਸ ਤੁਹਾਡੇ ਸਾਹਮਣੇ ਰੱਖਣ ਲੱਗਾ ਜਿਹੜਾ ਸ਼ਰਮਿੰਦਗੀ ਨਾਲ ਰੋ ਪਏ ਨਾ ਉਹ ਅੱਬਾ ਉਹਨੂੰ ਸੀਨੇ ਲਾ ਲੈਂਦਾ ਅਤੇ ਅੱਲਾ ਨਹੀਂ ਮਾਫ਼ ਕਰੇਗਾ ਬਾਪ ਪਤਾ ਕੀ ਆਉਂਦਾ ਯਾਰ ਇਹਨੂੰ ਗਲਤੀ ਦਾ ਅਹਿਸਾਸ ਨਹੀਂ ਜਦੋਂ ਗਲਤੀ ਦਾ ਅਹਿਸਾਸ ਹੋਵੇਗਾ ਫਿਰ ਤੈਨੂੰ ਮਾਫ਼ੀ ਦਿਆਂਗਾ ਅਤੇ ਜਦੋਂ ਪੁੱਤਰ ਨੂੰ ਗਲਤੀ ਦਾ ਅਹਿਸਾਸ ਹੋ ਜਾਏ ਫਿਰ ਮਾਂ ਪਿਓ ਰਾਜ਼ੀ ਹੁੰਦੇ ਨੇ ਕਿ ਨਹੀਂ ਹੁੰਦੇ ਹੁੰਦੇ ਨੇ ਅੱਲਾ ਫਰਮਾਉਂਦਾ ਤੈਨੂੰ ਅਹਿਸਾਸ ਹੋ ਗਿਆ ਬੰਦਾ ਦਾ ਯਾ ਅੱਲਾ ਹੋ ਗਿਆ ਅੱਲਾ ਫਰਮਾਉਂਦਾ ਜਾ ਮਾਫ਼ ਕੀਤਾ ਅੱਲਾ ਐਡਾ ਸਖ਼ਤ ਨਹੀਂ ਜੇ ਅੱਲਾ ਕਿਸੇ ਕੋਲ ਬਦਲਾ ਨਹੀਂ ਲੈਂਦਾ ਇਹ ਹਰ ਜੋ ਮੈਂ ਬੋਲਣਾ ਪਿਆ ਨਾ ਮੇਰਾ ਲਿਖਿਆ ਜਾਂਦਾ ਪਿਆ ਮੈਨੂੰ ਸਵਾਬ ਹੋ ਰਿਹਾ ਤੁਸੀਂ ਬੋਲੋਗੇ ਤੁਹਾਨੂੰ ਵੀ ਸਵਾਬ ਹੋਏਗਾ ਇਹ ਗੱਲ ਸਮਝਿਓ